ਤੇ ਜੇ ਸੈਗਮੈਂਟ ਚ ਗੱਲਬਾਤ ਕਰਨ ਲਈ ਸਾਡੇ ਨਾਲ ਕੀ ਤੋਂ ਜੋੜ ਰਹੇ ਨੇ ਗੁਰਵਚਨ ਬਰਾੜ ਜੀ ਜੀ ਬਰਾੜ ਸਾਹਿਬ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸ਼ਾਮਰ ਹੋਣ ਲਈ ਸਰ ਅ ਗੁੱਡ ਈਵਨਿੰਗ ਸੋਤਾ ਜੀ ਤੁਹਾਨੂੰ ਤੇ ਵੈਲਕਮ ਸਾਰੇ ਦਰਸ਼ਕਾਂ ਨੂੰ ਬਰਾੜ ਸਾਹਿਬ ਅੱਜ ਗੱਲਬਾਤ ਕਰਦੇ ਆ ਕਿ ਕਾਰਮ ਟੈਕਸ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਇਸ ਦੇ ਬਾਰੇ ਅਪਡੇਟ ਦਿਓ ਕਿ ਇਹ ਮਾਮਲਾ ਸੁਪਰੀਮ ਕੋਰਟ ਤੱਕ ਕਿਵੇਂ ਪਹੁੰਚਿਆ ਤੇ ਹੁਣ ਤੱਕ ਕੀ ਅਪਡੇਟ ਹੈ ਅ ਉਹ ਸੋਚੋ ਤਾਂ ਕਿ ਇਹਦੇ ਤੇ ਆਪਾਂ ਸਮਝੀਏ ਕਿ ਜਿਹੜਾ ਗ੍ਰੀਨ ਹਾਊਸ ਗੈਸ ਪੋਲੂਸ਼ਨ ਪ੍ਰਾਈਸਿੰਗ ਐਕਟ ਆ ਉਹ ਜੂਨ 2018 ਵਿੱਚ ਲੇਬਰ ਸਰਕਾਰ ਨੇ ਪਾਸ ਕੀਤਾ ਸੀ ਜਿਹਦੇ ਮੁਤਾਬਕ 10 ਡਾਲਰ ਪ੍ਰਤੀ ਟਨ ਕਾਰਬਨ ਈਮਿਸ਼ਨ ਤੇ 2022 ਤੱਕ ਇਹ ਨੂੰ ਵਧਾ ਕੇ 50 ਡਾਲਰ ਪ੍ਰਤੀ ਟਨ ਕਾਰਬਨ ਈਮਿਸ਼ਨ ਲਾਉਣ ਦਾ ਫੈਸਲਾ ਕੀਤਾ ਸੀ ਔਰ ਇਸ ਫੈਸਲੇ ਨੂੰ ਚੈਲੰਜ ਕੀਤਾ ਕੁਝ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਸੀਗਾ ਜਿਹੜਾ ਇਹ ਫੈਸਲਾ ਸਾਡੇ ਤੇ ਥੋਪਿਆ ਗਿਆ ਹੈ। ਸੋ ਉਸ ਵੰਗ ਦੇ ਵਿੱਚ ਕੀ ਹੋਇਆ ਕਿ ਅ ਪਹਿਲਾਂ ਤਾਂ ਸਸਕਾਚੂਅਨ, ਅਨਟਾਰੀਓ ਤੇ ਅਲਬਰਟਾ ਸਰਕਾਰਾਂ ਨੇ ਆਪਦੇ ਆਪ ਦੇ ਜੂਰਿਸਡਿਕਸ਼ਨ ਦੇ ਵਿੱਚ ਇਹਨੂੰ ਚੈਲੰਜ ਕੀਤਾ। ਹੂੰ ਤੇ ਫਿਰ ਅੱਗੋਂ ਉਹਦੇ ਤੇ ਅਪੀਲ ਕੋਰਟਾਂ 'ਚ ਗਿਆ। ਸਸਕਾਚੂਅਨ ਤੇ ਅਨਟਾਰੀਓ ਦੀ ਸਰਕਾਰ ਨੇ ਜਿਹੜੀ ਸਰਕਾਰ ਆ ਉਹ ਇਹਨਾਂ ਅਪੀਲ ਕੋਰਟਾਂ 'ਚ ਆ ਆ ਉਹਦੇ ਹੱਕ 'ਚ ਫੈਸਲਾ ਨਹੀਂ ਲੈ ਸਕੀ ਪਰ ਅਲਬਰਟਾ ਦੀ ਸਰਕਾਰ ਨੂੰ ਇਥੋਂ ਦੀ ਅਪੀਲ ਕੋਰਟ ਨੇ ਇਹ ਉਹਦੇ ਦੇ ਹੱਕ 'ਚ ਫੈਸਲਾ ਦਿੱਤਾ ਕਿ ਵਾਕਿਆ ਹੀ ਇਹ ਆ ਫੈਡਰਲ ਕੋਰਟ ਦੀ ਜੂਰਿਸਡਿਕਸ਼ਨ ਵਿੱਚ ਨਹੀਂ ਸੀ ਤੇ ਇਹ ਗਲਤ ਹੋਇਆ ਔਰ ਇਹ ਅਨ ਕਨਸਟੀਟਿਊਸ਼ਨਲ ਉਹਨਾਂ ਨੇ ਘਰਾਰ ਦਿੱਤਾ ਸੀ ਹੂੰ ਹੂੰ ਤੋਂ ਉਸ ਤੋਂ ਬਾਅਦ ਕੀ ਹੋਇਆ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਰੇ ਆਪਣੇ ਦਰਸ਼ਕਾਂ ਨੂੰ ਵੀ ਪਤਾ ਹੈ ਕਿ ਐਨ ਡੀ ਪੀ ਸਰਕਾਰ ਨੇ ਪਹਿਲਾਂ ਹੀ ਇਹ ਕਾਰਬਨ ਟੈਕਸ ਲਗਾ ਦਿੱਤਾ ਸੀ ਔਰ ਜੈਸਰ ਕੇ ਨੇ ਜਦੋਂ ਇਲੈਕਸ਼ਨ ਲੜੇ ਐ ਉਹਨਾਂ ਨੇ ਆਪਦੀ ਪਾਰਟੀ ਜਿਹੜਾ ਪਲਾਨਫਾਰਮ ਹੈ ਉਹਦੇ ਚ ਸ਼ੁਰੂ ਚ ਹੀ ਇਹ ਕਹਤਾ ਸੀ ਕਿ ਮੈਂ ਸਭ ਤੋਂ ਪਹਿਲਾਂ ਇਸ ਐਕਟ ਨੂੰ ਖਤਮ ਕਰਨਾ ਔਰ ਇਸ ਐਕਟ ਦੇ ਇਸ ਐਕਟ ਦੇ ਹਵਾਲੇ ਨਾਲ ਹੀ ਉਹਨਾਂ ਨੇ ਇਹ ਇਲੈਕਸ਼ਨ ਅਸਲ ਚ ਲੜੀ ਸੀ ਇਸੇ ਤਰ੍ਹਾਂ ਹੀ ਜਿਹੜਾ ਫੈਡਰਲ ਇਲੈਕਸ਼ਨ ਦੇ ਵਿੱਚ ਵੀ ਕਨਸਰਵੇਟਿਵ ਲੀਡਰ ਐਂਡਰਿਓ ਸ਼ੀਅਰ ਨੇ ਕਿਹਾ ਸੀ ਕਿ ਕਾਰਬਨ ਟੈਕਸ ਜਿਹੜਾ ਉਹ ਉਹਦੇ ਮੈਂ ਖਿਲਾਫ ਹਾਂ ਔਰ ਉਹਦੇ ਖਿਲਾਫ ਹੀ ਕੰਪੇਨ ਕੀਤੀ ਸੀ ਸੋ ਦਲੀਲ ਇਹ ਹੈ ਲੇਬਰਜ਼ ਦੀ ਕਿ ਜਿਹੜਾ ਇਹ ਫੈਡਰਲ ਸਰਕਾਰ ਨੂੰ ਇਹ ਅਧਿਕਾਰ ਹੈ ਕਿ ਦੇਸ਼ ਵਿੱਚ ਸ਼ਾਂਤੀ ਕਾਨੂੰਨ ਵਿਵਸਥਾ ਤੇ ਸਰਕਾਰ ਦੀ ਚੰਗੀ ਕਾਰਸ਼ੀਲਤਾ ਜਾਂ ਕਾਰਸ਼ੀਲਤਾ ਸੰਬੰਧੀ ਕਾਨੂੰਨ ਬਣਾ ਸਕਦੀ ਹੈ ਫੈਡਰਲ ਸਰਕਾਰ ਹੂੰ ਉਹ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਗ੍ਰੀਨ ਹਾਊਸ ਗੈਸਾਂ ਦੀ ਪੈਦਾਵਾਰ ਘਟ ਕਰਨ ਲਈ ਫਿਊਲ ਉੱਪਰ ਟੈਕਸ ਲਾਉਣਾ ਇੱਕ ਕੌਮੀ ਮਾਮਲਾ ਹੈ ਤੇ ਪਾਰਲੀਮੈਂਟ ਦੇ ਅਧਿਕਾਰ ਖੇਤਰ ਚ ਆਉਂਦਾ ਹੈ ਹੂੰ ਹੂੰ ਉਧਰ ਯੂਨੀਵਰਸਿਟੀ ਆਫ ਆਟਵਾ ਦੇ ਲਾ ਪ੍ਰੋਫੈਸਰ ਨੇ ਕੈਰੀਸਨ ਮੈਥਨ ਜੀ ਉਹਨਾਂ ਨੇ ਕਿਹਾ ਕਿ 1967 ਜਦੋਂ ਸੰਵਿਧਾਨ ਬਣਿਆ ਸੀ ਹੋਂਦ ਚ ਆਇਆ ਜਾਂ ਲਾਗੂ ਹੋਇਆ ਉਦੋਂ ਵਾਤਾਵਰਣ ਦੇ ਵਿਸ਼ੇ ਸਬੰਧੀ ਜਾਂ ਪੈਂਡੇਮਿਕ ਸਬੰਧੀ ਉਦੋਂ ਕੁਝ ਕੁਝ ਵੀ ਨਹੀਂ ਪਤਾ ਸੀ ਔਰ ਵਿਸਤਾਰ ਚ ਲਿਖਿਆ ਪਦੀ ਗਿਆ ਹੂੰ ਹੂੰ ਸੋ ਇਸ ਤਰ੍ਹਾਂ ਕੀ ਹੋਇਆ ਕਿ ਇਹ ਆ ਮਾਮਲਾ ਜਿਹੜਾ ਉਹ ਇਸ ਤਰ੍ਹਾਂ ਲੱਗਦਾ ਕਿ ਸਪਸ਼ਟ ਤੌਰ ਤੇ ਭਾਵੇਂ ਅਜੇ ਕੁਝ ਵੀ ਇਸ ਤਰ੍ਹਾਂ ਕਲੀਅਰ ਨਹੀਂ ਹੈਗਾ ਪਰ ਦੇਖੋ ਕਿ ਜਿਹੜੀ ਪਾਰਲੀਮੈਂਟ ਹੈ ਉਹ ਕਿਸ ਤਰ੍ਹਾਂ ਇਸ ਅਧਿਕਾਰ ਖੇਤਰ ਨੂੰ ਦੇਖਦੀ ਹੈ ਔਰ ਕਿਸ ਤਰ੍ਹਾਂ ਦਾ ਫੈਸਲਾ ਜਿਹੜਾ ਆਉਂਦਾ ਹਮਮ ਬਰਾੜ ਸਾਨੂੰ ਯਾਦ ਹੋਏਗਾ ਜਦੋਂ ਇਸ ਵਾਰ ਇਲੈਕਸ਼ਨ ਹੋਣ ਤੋਂ ਪਹਿਲਾਂ ਤੁਸੀਂ ਦੱਸਿਆ ਹੈ ਕਿ ਚੋਣ ਮਹੀਮ ਚ ਇਹਨਾਂ ਦਾ ਇਹ ਅਜੈਂਡਾ ਚ ਸ਼ਾਮਲ ਸੀਗਾ ਕਿ ਕਾਰਬਨ ਟੈਕਸ ਨੂੰ ਖਤਮ ਕਰਾਂਗੇ ਐਨਡੀਪੀ ਦਾ ਲਾਇਆ ਹੋਇਆ ਕਾਰਬਨ ਟੈਕਸ ਜਦੋਂ ਹੀ ਇਹ ਸੱਤਾ ਚ ਆਈ ਹੈ ਯੂਸੀਪੀ ਇਹਨਾਂ ਨੇ ਪਹਿਲੇ ਬਲਾਂਚੀ ਇਸ ਨੂੰ ਖਤਮ ਕਰ ਦਿੱਤਾ ਸੀਗਾ ਸ਼ੁਰੂਆਤੀ ਦੌਰ 'ਚ ਪਰ ਇੰਟਰਸਟਿੰਗ ਗੱਲ ਇਹ ਸੀ ਜਿਸ ਦਿਨ ਖਤਮ ਕੀਤਾ ਉਸ ਤੋਂ ਅਗਲੇ ਦਿਨ ਫੈਡਰਲ ਸਰਕਾਰ ਦੇ ਵੱਲੋਂ ਮੱਢ ਦਿੱਤਾ ਗਿਆ ਹੈ ਜੋ ਕਾਰਬਨ ਟੈਕਸ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਸ਼ਮਕਸ਼ ਚੱਲੀ ਆ ਰਹੀ ਹੈ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਕਿਉਂਕਿ ਜਿਹੜੇ ਕੁਝ ਕੰਜ਼ਰਵਟਿਵ ਸੂਬਿਆਂ ਦੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਦਾ ਕਹਿਣਾ ਕਿ ਇਹ ਅਧਿਕਾਰ ਖੇਤਰ 'ਚ ਨਹੀਂ ਆ ਔਰ ਸਾਡੀ ਮਰਜ਼ੀ ਆ ਅਸੀਂ ਇਹਨੂੰ ਲਾਈਏ ਨਾ ਲਾਈਏ ਔਰ ਇਹ ਕਿਆ ਸੀ ਅਜਸਰਕੇ ਦੀ ਹੋ ਰਾਨੇ ਕਿ ਇਹ ਅਸੀਂ ਲਾਗੂ ਨਹੀਂ ਕਰਨਾ ਬਲਕਿ ਖਤਮ ਕਰਨਾ ਔਰ ਉਸ ਤੋਂ ਬਾਅਦ 1 ਜਨਵਰੀ 2020 ਤੋਂ ਇਹ ਜਿਹੜਾ ਕਾਨੂੰਨ ਹੈ ਇਹ ਅਲਬਰਟਾ ਵਿੱਚ ਵੀ ਲਾਗੂ ਹੋ ਗਿਆ ਔਰ ਹੋਰ ਸੂਬਿਆਂ ਜਿਨ੍ਹਾਂ ਨੇ ਨਹੀਂ ਲਾਇਆ ਸੀ ਉਹਨਾਂ ਨੇ ਪਹਿਲਾਂ ਤਾਂ ਸਰਕਾਰ ਨੇ ਕਹੇ ਸੀ ਕਿ ਜਿਹੜੇ ਸੂਬੇ ਲਾ ਦਿੰਦਾ ਜਿਨ੍ਹਾਂ ਨੇ ਉਹ ਠੀਕ ਹੈ ਜਿਹੜੇ ਨਹੀਂ ਲਾਉਣਗੇ ਆਪਣੇ ਆਪ ਤਾਂ ਉਹਦੋਂ ਅਸੀਂ ਫੈਡਰਲ ਪੱਧਰ ਤੇ ਇਹ ਫੈਸਲਾ ਕਰਕੇ ਉਹਨਾਂ ਨੂੰ ਲਾਉਣ ਲਈ ਮਜਬੂਰ ਕਰਾਗੇ ਔਰ ਲਾਉਣਾ ਪਿਆ ਔਰ ਇੱਥੇ ਲੱਗ ਵੀ ਗਿਆ ਔਰ ਇਹ ਚਾਲੂ ਹੈ ਔਰ ਅਲਬਾਟਾ ਦੀ એનਰਜੀ ਮਿਨਿਸਟਰ ਨੇ ਕਿਹਾ ਅਸਲ 'ਚ ਉਹਨਾਂ ਨੇ ਹੋਰ ਗੱਲ ਕੀਤੀ ਹੈ ਉਹਨਾਂ ਦੇ ਸੋਰੀਆ ਹਸਾਵੇਜ਼ ਨੇ ਕਿਹਾ ਕਿ ਇਹ ਮਾਮਲਾ ਅਸਲ 'ਚ ਕਾਰਬਨ ਪ੍ਰਾਈਸਿੰਗ ਦਾ ਨਹੀਂਗਾ ਹੂੰ ਇਹ ਮਾਮਲਾ ਅਸਲ 'ਚ ਇਹ ਹੈ ਕਿ ਜਿਹੜੀ ਦੇਸ਼ ਦੀ ਸਰਕਾਰ ਹੈ ਫੈਡਰਲ ਸਰਕਾਰ ਹੈ ਉਹ ਕਿਵੇਂ ਕੰਮ ਕਰ ਰਹੀ ਹੈ ਉਹਨਾਂ ਦੇ ਅਧਿਕਾਰ ਖੇਤਰ ਦਾ ਨੂੰ ਚੈਲੰਜ ਕੀਤਾ ਹੈ ਹੂੰ ਕਿ ਉਹ ਇਸ ਤਰ੍ਹਾਂ ਦੇ ਫੈਸਲੇ ਕਿਉਂ ਕਰਦੀ ਹੈ ਹੂੰ ਹੂੰ ਤੋ ਇਸ ਦੇ ਨਾਲ ਹੀ ਜੇ ਆਪਾਂ ਦੇਖੀਏ ਤੇ ਜਿਹੜੇ ਕਿਸਾਨ ਹੈ ਕਿਸਾਨ ਜਿਹੜੇ ਉਹ ਵੀ ਵੱਡੇ ਹੋਏ ਆ ਕਿਸਾਨਾਂ ਦੇ ਵੀ ਦੇਖੋ ਉਹਨਾਂ ਦੇ ਫਿਊਲ ਬਹੁਤ ਵੱਲਦੇ ਆ ਉਹਨਾਂ ਨੂੰ ਵੀ ਬੜਾ ਮਹਿੰਗਾ ਪੈਂਦਾ ਪਰ ਜਿਹੜੀ ਉਹਨਾਂ ਦੀ ਕੀਮਤਾਂ ਹੈਗੀਆਂ ਉਹਨਾਂ ਤੇ ਕੋਈ ਫਰਕ ਨਹੀਂ ਪਿਆ ਤਾਂ ਉਹਨਾਂ ਨੂੰ ਵੀ ਨੁਕਸਾਨ ਹੋਇਆ ਪਰ ਕੁਝ ਕੁਝ ਜਿਹੜੇ ਕਿਸਾਨ ਆ ਉਹ ਸਮਝਦੇ ਆ ਕਿ ਇਹ ਫੈਸਲਾ ਜਿਹੜਾ ਠੀਕ ਹੈ ਉਹ ਉਹਨਾਂ ਦੇ ਨਾਲ ਉਹ ਸਹਿਮਤ ਵੀ ਹੈਗੇ ਆ ਹੁਣ ਦੇਖੋ ਦੋ ਗੱਲਾਂ ਹੈਗੀਆਂ ਪਾਰਲੀਮੈਂਟ ਜੇ ਤਾਂ ਫੈਸਲਾ ਲੈਂਦੀ ਹੈ ਕਿ ਇਹ ਅਸੰਵਿਧਾਨਕ ਘਰਾੜ ਦੇਤਾ ਫਿਰ ਤਾਂ ਜਿਹੜੀ ਫੈਡਰਲ ਸਰਕਾਰ ਐਲੀਵਲ ਸਰਕਾਰ ਉਹਨੇ ਇਹ ਕਹਿਣਾ ਕਿ ਕੁਛ ਨਾ ਕੁਛ ਵੱਖਰੇ ਤਰੀਕੇ ਨਾਲ ਇਹ ਫੇਰ ਤੋਂ ਲਾਗੂ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿਉਂਕਿ ਉਹਨਾਂ ਨੇ ਸਮਝੌਤੇ ਕੀਤੇ ਹੋਏ ਔਰ ਵਰਲਡ ਲੈਵਲ ਤੇ ਜਿਹੜਾ ਗਲੋਬਲ ਲੈਵਲ ਤੇ ਨੂੰ ਕਾਰਬਨ ਨੂੰ ਘਟਾਉਣ ਦਾ ਜਿਹੜਾ ਕੰਮ ਹੈ ਉਹ ਉਹਨਾਂ ਨੇ ਬੀੜਾ ਚੁੱਕਿਆ ਹੋਇਆ ਔਰ 30% ਉਹਨਾਂ ਨੇ ਕਿਹਾ ਵੀ 2005 ਦੇ ਲੈਵਲ ਤੋਂ 2030 ਤੱਕ ਅਸੀਂ 30% ਜਿਹੜਾ ਕਾਰਬਨ ਪੋਲੂਸ਼ਨ ਜਿਹੜਾ ਉਹ ਘਟਾਉਣਾ ਹੈ ਉਹ ਇਸ ਗੱਲ ਦੀ ਉਹ ਗਾਰੰਟੀ ਉਹਨਾਂ ਨੇ ਕੀਤੀ ਹੋਈ ਹੈ ਸੋ ਇਸ ਤਰ੍ਹਾਂ ਜੇ ਇਹ ਫੈਸਲਾ ਇਸੇ ਤਰ੍ਹਾਂ ਹੀ ਰਹਿੰਦਾ ਜਿਵੇਂ ਹੈਗਾ ਤਾਂ ਫਿਰ ਇਹ ਜ ਤੈ ਲਾਗੂ ਰਹੂਗਾ ਜੀ ਸੋ ਹੁਣ ਇਹ ਵੇਖਣਾ ਹੋਏਗਾ ਕਿ ਜੋ ਸੁਪਰੀਮ ਕੋਰਟ ਹੈ ਉਸ ਦੇ ਵੱਲੋਂ ਕੀ ਫੈਸਲਾ ਦਿੱਤਾ ਜਾਂਦਾ ਹੈ ਕੀ ਫੈਸਲਾ ਆਉਂਦਾ ਇਹ ਫਿਲਹਾਲ ਵਕਤ ਤੇ ਮੱਥੇ ਤੇ ਪ੍ਰਸ਼ਨ ਚਿੰਨ ਹੈ ਆਪਾਂ ਇਸੇ ਸੰਦਰਭ ਦੇ ਵਿੱਚ ਗੱਲ ਨੂੰ ਅੱਗੇ ਤੋਰਦੇ ਹਾਂ ਕਾਰਬੋ ਟੈਕਸ ਦੀ ਗੱਲ ਚੱਲੀ ਆ ਉਧਰ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ ਤੇ ਕੱਲ ਨੂੰ ਪਾਰਲੀਮੈਂਟ ਇਹ ਕੱਲ ਤੋਂ ਮੋੜ ਸ਼ੁਰੂ ਹੋ ਰਹੀ ਹੈ ਕੱਲ ਥਰੋਨ ਸਪੀਚ ਕੀਤੀ ਜਾਣੀ ਹੈ ਕਾਫੀ ਨਿਗਾਹਾਂ ਨੇ ਬੜੀਆਂ ਨਿਗਾਹਾਂ ਨੇ ਕੱਲ ਦੀ ਥਰੋਨ ਸਪੀਚ ਤੇ ਜਸਟਨ ਟੂਡੋ ਨੇ ਥਰੋਨ ਸਪੀਚ ਦੇ ਵਿੱਚ ਕੀ ਕੁਝ ਲੈ ਕੇ ਆਉਂਦੇ ਨੇ ਤੇ ਇਸ ਦੇ ਬਾਰੇ ਦੱਸੋ ਕੀ ਕੁਝ ਹੋਣ ਵਾਲਾ ਹੈ ਕੱਲ ਨੂੰ ਖਾਸ ਕਰਕੇ ਜੋ ਮਾਹੌਲ ਚੱਲ ਰਿਹਾ ਹੈ ਇਸ ਵੇਲੇ ਆ ਬਸੋਤਾ ਜੀ ਦੇਖੋ ਬੜਾ ਹੀ ਇਹ ਮਤਲਬ ਲੋਕਾਂ ਨੂੰ ਬੜਾ ਇੰਟਰਸਟਿੰਗ ਤਰੀਕੇ ਨਾਲ ਲੋਕੀ ਸੋਚ ਰਹੇ ਹੈ ਔਰ ਬੜਾ ਕੁਝ ਪਿਛਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਆ ਸ਼ਾਮਲ ਹੋਊਗਾ ਇਹਦੇ ਵਿੱਚ ਦੇਖੋ ਜੀ ਹੈਲਥ ਉੱਪਰ ਪੂਰਾ ਜ਼ੋਰ ਦੇਣ ਦੀ ਗੱਲ ਕੀਤੀ ਜਾਊਗੀ ਇਹਦੇ ਵਿੱਚ ਕੋਵਿਡ-19 ਦਾ ਜੋ ਕੁਝ ਸਰਕਾਰ ਨੇ ਕੀਤਾ ਔਰ ਜੋ ਅੱਗੇ ਕਰਨਾ ਉਹ ਦਿਖਾਈ ਦੇਊਗਾ ਇਸ ਤੋਂ ਬਿਨਾ ਜਿਹੜੀ ਗੱਲ ਹੈ ਅੱਜ ਨਵੀਂ ਗੱਲ ਆਈ ਹੈ ਜਿਹੜੀ ਇਲੈਕਟ੍ਰਿਕ ਵਹੀਕਲਸ ਦੇ ਵੱਲ ਜਿਹੜਾ ਧਿਆਨ ਜਾ ਰਿਹਾ ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਵਿੱਚ ਆ ਰਹੀਆਂ ਨੇ ਔਰ ਥਰೋನ್ਸ ਬੀਚ ਜਿਹੜੀ ਆ ਉਹ ਕੱਲ ਨੂੰ ਬਾਅਦ ਦਪਹਿਰ ਪੜ੍ਹੀ ਜਾਣੀ ਹੈ ਔਰ ਮਾਮਲਾ ਇਸ ਤਰ੍ਹਾਂ ਵੀ ਅੱਜ ਕਈ ਤਰ੍ਹਾਂ ਦਾ ਵੱਲ ਗਿਆ ਕਿ ਕਿਸ ਤਰ੍ਹਾਂ ਦੀ ਉਸ ਤੇ ਉੱਥੇ ਸਥਿਤੀ ਹੋਊਗੀ ਪਾਰਲੀਮੈਂਟ ਦੇ ਵਿੱਚ ਜਿਵੇਂ ਜੇਗਾ ਬ੍ਰਾਟਸਨ ਮੈਂ ਉਸੇ ਗੱਲ ਤੇ ਆ ਰਹੇ ਹਾਂ ਲੈਫਟਨਰ ਜੋ ਇਸ ਵੱਡੇ ਲੈਫਟਨੈਂਟ ਗਵਰਨਰ ਹੈ ਕੈਨੇਡਾ ਦੇ ਉਹ ਆਲਰੇਡੀ ਬਵਾਦਾਂ 'ਚ ਘਿਰੇ ਹੋਏ ਨੇ ਬੇਟੇ ਤੇ ਕਈ ਤਰ੍ਹਾਂ ਦੇ ਆਲਰੇਡੀ ਇਨਕੁਆਰੀ ਚੱਲ ਰਹੀ ਹੈ ਇੱਕ ਪਾਸੇ ਉਹਨਾਂ ਦੀ ਇਨਕੁਆਰੀ ਚੱਲ ਰਹੀ ਹੈ ਤੇ ਦੂਜੇ ਪਾਸੇ ਥਰೋನ್ ਸਪੀਚ ਹੋਣੀ ਹੈ ਕਿਹੋ ਜਿਹਾ ਮਾਹੌਲ ਹੋਵੇਗਾ ਫਿਰ ਉੱਥੇ ਹਾਂ ਦੇਖੋ ਜਿਹੜੀ ਆਪੋਜੀਸ਼ਨ ਹੈ ਉਹਨੂੰ ਬੜਾ ਇਹ ਵਧੀਆ ਮੌਕਾ ਮਿਲਣਾ ਹੈ ਇਸ ਤਰ੍ਹਾਂ ਉਹਨਾਂ ਤੇ ਅਟੈਕ ਕਰਨ ਦਾ ਪਰ ਜਿੱਥੋਂ ਦਾ ਗਵਰਨਰ ਜਨਰਲ ਜੋਲੀ ਪੇਂਟ ਦਾ ਮਾਮਲਾ ਹੈਗਾ ਜੇ ਤੱਕ ਥਰೋನ್ ਸਪੀਚ ਪੜ੍ਹੀ ਜਾਣੀ ਹੈ ਉਹਦੇ 'ਚ ਮੇਰੇ ਖਿਆਲ 'ਚ ਕੋਈ ਰੁਕਾਵਟ ਨਹੀਂ ਹੋਊਗੀ ਭਾਵੇਂ ਉਹ ਜਿਹੜੇ ਲੁਕਵੇਂ ਤੌਰ ਤੇ ਜਿਹੜੀ ਆਪੋਜੀਸ਼ਨ ਆ ਉਹ ਇਸ ਨੂੰ ਇਹਦੇ ਖਿਲਾਫ ਕੁਝ ਬੋਲੇ ਜਾਂ ਕਹੇ ਜਾਂ ਸੋਚੇ ਉਹ ਇੱਕ ਵੱਖਰੀ ਗੱਲ ਹੈ ਪਰ ਥਰೋನ್ ਸਪੀਚ ਤਾ ਅਖਰ ਅਗਵਾਰਨਰ ਜਨਰਲ ਵੱਲੋਂ ਹੀ ਪੜੀ ਜਾਣੀ ਹੈ ਭਾਵੇਂ ਕੁਝ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਕਹਿਣ ਪਰ ਉਹਨਾਂ ਦੇ ਵਿਹਾਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਜੋ ਵਰਤੋਅ ਕੀਤਾ ਗਿਆ ਸੀ ਉਸ ਨੂੰ ਲੈ ਕੇ ਉਹਨਾਂ ਦੀ ਇਨਕੁਆਰੀ ਚੱਲੀ ਹੈ ਆਲਰੇਡੀ ਆ ਦੇਖੋ ਇਨਕੁਆਰੀ ਚੱਲ ਰਹੀ ਹੈ ਪਰ ਇਹੋ ਜਿਹਾ ਮੇਰੇ ਖਿਆਲ ਚ ਕੋਈ ਸੰਵਿਧਾਨ ਦੇ ਵਿੱਚ ਇਹੋ ਜਿਹੀ ਕੋਈ ਹੈ ਨਹੀਂ ਇਹੋ ਜਿਹਾ ਕੋਈ ਆਪਸ਼ਨ ਇਹ ਉਹਨਾਂ ਦੀ ਥਾਂ ਤੇ ਕੋਈ ਹੋਰ ਵਿਅਕਤੀ ਨਿਯੁਕਤ ਕੀਤਾ ਜਾਵੇ ਜਿੰਨਾ ਚਿਰ ਤੱਕ ਉਹਨਾਂ ਤੇ ਇਨਕੁਆਰੀ ਚੱਲਦੀ ਹੈ ਸੋ ਇਸ ਤਰ੍ਹਾਂ ਲੱਗਦਾ ਹੈ ਕਿ ਸਪੀਚ ਤਾਂ ਉਹੀ ਪੜਨਗੇ ਪਰ ਨਾਲ ਦੇ ਨਾਲ ਮਾਮਲਾ ਹੋਰ بڑا ਹੈ ਜਿਹੜਾ ਵਿਚਾਰ ਅਧੀਨ ਹੈਗਾ ਕਈ ਦਿਨਾਂ ਦਾ ਕਿ ਕਿਸ ਤਰ੍ਹਾਂ ਦੀ ਪੋਜੀਸ਼ਨ ਹੋਊਗੀ ਉੱਥੇ ਹਾਈਬ੍ਰਿਡ ਪਾਰਲੀਮੈਂਟ ਦੀ ਜੇ ਆਪਾਂ ਗੱਲ ਕਰਦੇ ਹਾਂ ਪਿਛਲੇ ਸੈਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਚੱਲਿਆ ਕੁਝ ਲੋ ਕੁਝ ਐਮਪੀਜ਼ ਹਾਜ਼ਰ ਹੁੰਦੇ ਸੀ ਵਿੱਚ ਤੇ ਕੁਝ ਐਮਪੀਜ਼ ਘਰਾਂ ਤੋਂ ਬੈਠੇ ਜਿਹੜੇ ਆ ਉਹ ਵਰਚੁਅਲ ਮੀਟਿੰਗਾਂ ਅਟੈਂਡ ਕਰਦੇ ਰਹੇ ਹੁਣ ਦੇਖੋ ਕੰਜ਼ਰਵੇਟਿਵ ਲੀਡਰ ਖੁਦ ਕੋਵਿਡ-19 ਉਹਨਾਂ ਨੂੰ ਪੋਜ਼ਿਟਿਵ ਆਇਆ ਹੋਇਆ ਉਹ ਖੁਦ ਨਹੀਂ ਸ਼ਾਮਲ ਹੋ ਸਕਦੇ ਹੈਗੇ ਤੇ ਹੋਰ ਬਲੌਕ ਕਯੂਬਿਕ ਵਾਲਿਆਂ ਉਹ ਖੁਦ ਕੋਵਿਡ-19 ਦੇ ਵਿੱਚ ਕੁਝ ਬੰਦਿਆਂ ਚ ਪੋਜ਼ਿਟਿਵ ਆਇਆ ਹੈਗਾ ਕਿਹੋ ਜੀ ਸਥਿਤੀ ਹੋਏਗੀ ਉੱਥੇ ਹਾਂ ਦੇਖੋ ਇਹਦੇ ਚ ਇਹ ਤਾਂ ਮੰਨ ਲਿਆ ਗਿਆ ਸਾਰੀਆਂ ਧਿਰਾਂ ਵੱਲੋਂ ਕਿ ਜਿਹੜੀ ਹਾਈਬ੍ਰਿਡ ਪਾਰਲੀਮੈਂਟ ਹੋਊਗੀ ਥੋੜੇ ਜਿਹੜੇ ਮੈਂਬਰ ਹੈਗੇ ਆ ਥੋੜੇ ਜਿਹਾ ਐਮਪੀਸ ਹੈਗੇ ਵਕਫ-ਵਕਫ ਪਾਰਟੀਆਂ ਵੀ ਉਹ ਮੌਕੇ ਤੇ ਮੌਜੂਦ ਹੋਣਗੇ ਔਰ ਜਿਹੜੇ ਬਾਕੀ ਦੇ ਮੈਂਬਰ ਹੈ ਉਹ ਜਾਂ ਤਾਂ ਆਪਣੇ ਦਫ਼ਤਰਾਂ ਵਿੱਚ ਜਾਂ ਘਰਾਂ ਵਿੱਚ ਜਿਸ ਤਰ੍ਹਾਂ ਵੀ ਉਹ ਠੀਕ ਸਮਝਣਗੇ ਉਹ ਵਰਚੂਅਲੀ ਇਹਦੇ ਵਿੱਚ ਹਾਜ਼ਰ ਰਹਿਣਗੇ ਔਰ ਆਪਣੀ ਗੱਲ ਵੀ ਕਹਿ ਸਕਣਗੇ ਔਰ ਇੱਕ ਪਾਰਟੀਆਂ ਵੱਲੋਂ ਇਹ ਵੀ ਸਮਝੌਤਾ ਕੀਤਾ ਗਿਆ ਕਿ ਜਿਹੜੇ ਮੈਂਬਰ ਉੱਥੇ ਬੈਠਣਗੇ ਅੰਦਰ ਹੂੰ ਹੂੰ ਉਹ ਰੋਟੇਸ਼ਨ ਨਾਲ ਉੱਥੋਂ ਬਾਹਰ ਜਾਣਗੇ ਉਹਦੀ ਥਾਂ ਤੇ ਹੋਰ ਮੈਂਬਰ ਆਇਆ ਕਰਨਗੇ ਹੋਰ ਬੈਠਿਆ ਕਰਨਗੇ ਇਸ ਤਰ੍ਹਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੰਖੇਪ ਦੇ ਵਿੱਚ ਵਨ ਲਾਈਨ ਕੁਐਸਚਨ ਕਿ ਥਰੋਨਸ ਸਪੀਚ ਹੋਣੀ ਹੈ ਤੇ VOTING ਹੋਣ ਦੀ ਵੀ ਸੁਭਾਵਨਾ ਹੈ ਸਰਕਾਰ ਨੂੰ ਖਤਰਾ ਤਾਂ ਨਹੀਂ ਕੋਈ ਸਰਕਾਰ ਨੂੰ ਮੇਰੇ ਖਿਆਲ ਚ ਜੇ ਤੱਕ ਦੇਖਿਆ ਜਾਵੇ ਕੱਲ ਨੂੰ ਤਾਂ ਸ਼ਾਇਦ ਕੋਈ ਖਤਰਾ ਨਹੀਂ ਲੱਗਦਾ ਹਮ ਪਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਚ ਜਿਹੜੇ ਕੋਈ ਹੋਰ ਨਵੇਂ ਬਿੱਲ ਜਿਵੇਂ ਇਹ ਜਿਹੜਾ ਨਵਾਂ ਜਿਹੜਾ ਸਰਬ ਦੀ ਥਾਂ ਤੇ ਅਲਟਰਨੇਟਿਵ ਲਿਆ ਰਹੀ ਉਹਦੇ ਤੇ ਗੱਲ ਹੋਵੇ ਉਹ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਹੋ ਸਕਦੀ ਕੱਲ ਨੂੰ ਸ਼ਾਇਦ ਤੇ ਕੋਈ ਇਹੋ ਜਿਹੀ ਸੰਭਾਵਨਾ ਨਹੀਂ ਔਰ ਪਾਰਲੀ ਕੱਲ ਨੂੰ ਪ੍ਰਾਈਮ ਮਿੰਿਸਟਰ ਵੀ ਕੱਲ ਨੂੰ ਸ਼ਾਮ ਨੂੰ 6:30 ਵਜੇ ਸੰਬੋਧਨ ਹੋ ਰਹੇ ਨੇ ਕੌਮ ਨੂੰ ਅਮਰਦਤ ਸਾਹਿਬ ਬਹੁਤ ਬਹੁਤ ਧੰਨਵਾਦ ਸਾਡਾਂ ਸ਼ਾਮ ਨੂੰ ਹੋਣ ਲਈ ਸਰ ਜੀ ਸੋ ਇਸਨ ਗੁਰਵਤਨ ਸਿੰਘ ਬਰਾੜ ਜੋ ਕੱਲ੍ਹ ਵੀ ਤੋਂ ਜੁੜੇ ਹੋਏ ਸਨ ਸੋ ਦੋਸਤੋ ਇਸ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ੍ਹ ਇਸ ਪ੍ਰੋਗਰਾਮ ਵਿੱਚ ਫੇਰ ਹੋਵੇਗੀ ਉਸੇ ਸਮੇਂ ਮੁਲਾਕਾਤ